16 ਸਾਲ ਦੀ ਜਵਾਕੜੀ ਡਿਲੀਵਰੀ ਵਾਲੇ ਦੀ ਦੀਵਾਨੀ, ਦੋਵਾਂ ਦੀ ਉਮਰ 'ਚ 45 ਸਾਲ ਦਾ ਫਰਕ। ਖਾਣਾ ਡਿਲੀਵਰ ਕਰਨ ਆਉਂਦਾ ਸੀ ਸ਼ਖਸ ਤਾਂ ਹੋਇਆ ਪਿਆਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ, ਤਾਂ ਮੈਂ ਹਾਂ ਖੁਸ਼ਬੂ। ਅਕਸਰ ਹੀ ਅਸੀਂ ਸੁਣਿਆ ਹੈ ਤਾਂ ਬੜੀ ਥਾਂ 'ਤੇ ਅਜਿਹੀਆਂ ਜੋ ਕਹਾਣੀਆਂ ਦੇਖੀਆਂ ਨੇ, ਸੁਣੀਆਂ ਨੇ, ਕਈ ਤਾਂ ਆਪਣੇ ਇਲਾਕੇ ਦੇ ਵਿੱਚ ਹੀ ਹੋ ਜਾਂਦੀਆਂ ਨੇ, ਪਰ ਇਹ ਜੋ ਕਹਾਣੀ ਹੈ, ਇਹ ਜੋ ਅਸਲ ਘਟਨਾ ਹੈ, ਉਹ ਕਿਸੇ ਦੀ ਜ਼ਿੰਦਗੀ ਦੀ ਕਹਾਣੀ ਹੈ ਕਿ ਇੱਕ 16 ਸਾਲ ਦੀ ਲੜਕੀ ਹੁੰਦੀ ਹੈ, ਉਸਦੇ ਵੱਲੋਂ ਟਿਕਟੋਕ 'ਤੇ ਵੀਡੀਓ ਬਣਾਈ ਜਾਂਦੀ ਅਤੇ ਆਪਣੀ ਸਾਰੀ ਲਵ ਸਟੋਰੀ ਦੱਸੀ ਜਾਂਦੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਤਾਂ ਦੱਸੀਏ ਕਿ ਇੱਕ 16 ਸਾਲ ਦੀ ਲੜਕੀ ਹੈ, ਉਸਨੂੰ ਪਿਆਰ ਹੋ ਜਾਂਦਾ ਡਿਲੀਵਰੀ ਬੋਏ ਦੇ ਨਾਲ, ਬੇਹੱਦ ਦੀਵਾਨੀ ਹੋ ਜਾਂਦੀ ਹੈ ਉਹ ਲੜਕੀ। ਘਰੇ ਉਹ ਖਾਣਾ ਡਿਲੀਵਰ ਕਰਨ ਆਉਂਦਾ ਸੀ ਤਾਂ ਉਹ ਲੜਕੀ ਉਸਨੂੰ ਆਪਣਾ ਦਿਲ ਦੇ ਬੈਠਦੀ ਹੈ। ਤਾਂ ਦੱਸ ਦਈਏ ਕਿ ਜੋ ਦੋਵੇਂ ਨੇ, ਇਹ ਜੋ ਕਪਲ ਹੈ, ਇਹਨਾਂ ਦੀ ਉਮਰ ਦੇ ਵਿੱਚ 42 ਸਾਲ ਦਾ ਫਰਕ ਹੈ। ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ। ਤਾਂ ਹੁਣ ਜਾਣਦੇ ਹਾਂ ਕਿ ਕਿਵੇਂ ਇਹ ਦੋਨਾਂ ਦਾ ਪਿਆਰ ਹੁੰਦਾ, ਕਿਵੇਂ ਇਹਨਾਂ ਦਾ ਜੋ ਪਿਆਰ ਹੈ ਪਰਵਾਨ ਚੜ੍ਹਦਾ, ਤਾਂ ਕਿਸ ਚੀਜ਼ 'ਤੇ ਲੜਕੀ ਉਸ ਡਿਲੀਵਰੀ ਬੋਆਏ 'ਤੇ ਫਿਦਾ ਹੋ ਜਾਂਦੀ ਹੈ, ਉਹ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਕਿਹਾ ਜਾਂਦਾ ਕਿ ਪਿਆਰ ਅੰਨਾ ਹੁੰਦਾ, ਪਰ ਇੰਨਾ ਵੀ ਨਹੀਂ ਕਿ ਉਮਰ ਦਾ ਫਰਕ ਨਾ ਦੇਖ ਸਕੇ। ਇੰਨੇ ਦਿਨੀ ਇੰਗਲੈਂਡ ਦੀ ਇੱਕ ਕੁੜੀ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ, ਅਜਿਹਾ ਇਸ ਲਈ ਕਿਉਂਕਿ ਉਹ ਸਿਰਫ 18 ਸਾਲ ਦੀ ਹੈ ਅਤੇ ਉਸਦਾ ਬੋਏਫ੍ਰੈਂਡ ਉਸ ਤੋਂ 42 ਸਾਲ ਵੱਡਾ। ਬੋਏਫ੍ਰੈਂਡ ਗਰਲਫ੍ਰੈਂਡ ਦੇ ਵਿੱਚ 42 ਸਾਲ ਦਾ ਏਜ ਗੈਪ ਹੈ। ਉਹਨਾਂ ਦੀ ਲਵ ਸਟੋਰੀ ਫੂਡ ਡਿਲੀਵਰੀ ਦੇ ਨਾਲ ਸ਼ੁਰੂ ਹੋਈ ਸੀ, ਹਾਲਾਂਕਿ ਦੋਹਾਂ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ ਅਤੇ ਇੱਕ ਦੂਜੇ ਤੋਂ ਦੋਵੇਂ ਖੁਸ਼ ਨੇ। ਦੱਸ ਦਈਏ ਕਿ ਇੱਕ ਰਿਪੋਰਟ ਦੇ ਮੁਤਾਬਕ 18 ਸਾਲ ਦੀ ਨਿਕੇਸ਼ਾ ਲਾਈਟਫੁੱਟ ਇੰਗਲੈਂਡ ਦੇ ਗ੍ਰੇਟ ਯਾਰਮਾਊਥ 'ਚ ਰਹਿੰਦੀ ਹੈ। ਹਾਲ ਹੀ ਦੇ ਵਿੱਚ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ 'ਤੇ ਆਪਣੀ ਲਵ ਸਟੋਰੀ ਬਾਰੇ ਦੱਸਿਆ। ਜਦੋਂ ਉਹ 16 ਸਾਲ ਦੀ ਸੀ ਤਾਂ ਉਸਨੇ ਇੱਕ ਰੈਸਟੋਰੈਂਟ ਦੇ ਵਿੱਚ ਕਲੀਨਰ ਅਤੇ ਵੇਟਰਸ ਵਜੋਂ ਕੰਮ ਕੀਤਾ ਸੀ। ਦੋ ਵੱਖ ਵੱਖ ਕੰਮ ਕਰਨ ਤੋਂ ਬਾਅਦ ਜਦੋਂ ਰਾਤ ਨੂੰ ਘਰ ਪਹੁੰਚੀ ਤਾਂ ਉਹ ਇੰਨੀ ਥੱਕ ਜਾਂਦੀ ਸੀ ਕਿ ਉਸਦੇ ਵਿੱਚ ਖਾਣਾ ਬਣਾਉਣ ਦੀ ਹਿੰਮਤ ਨਹੀਂ ਹੁੰਦੀ ਸੀ। ਇਸ ਕਾਰਨ ਉਹ ਬਾਹਰੋਂ ਖਾਣਾ ਮੰਗਵਾਉਂਦੀ ਸੀ। ਅਕਸਰ ਉਸਦਾ ਆਰਡਰ ਸਿਰਫ ਇੱਕ ਡਿਲੀਵਰੀ ਬੋਏ ਦੁਆਰਾ ਲਿਆ ਜਾਂਦਾ ਸੀ, ਜਿਸਦਾ ਨਾਮ ਦਿਮਿਤ੍ਰੀਓਸ ਫੋਰਟਿਸ ਸੀ। ਉਸਦੀ ਉਮਰ 60 ਸਾਲ ਹੈ। ਦੋਨਾਂ 'ਚ ਗੱਲਬਾਤ ਹੁੰਦੀ ਸੀ ਅਤੇ ਉਹ ਇੱਕ ਦੂਜੇ ਨੂੰ ਪਛਾਣਨ ਵੀ ਲੱਗ ਪਏ ਸਨ। ਜਦੋਂ ਵੇਲੇ ਕੰਮ 'ਤੇ ਜਾਂਦੇ ਸਮੇਂ ਉਸਨੂੰ ਉਸਦਾ ਪਾਰਟਨਰ ਮਿਲਦਾ ਅਤੇ ਉਹ ਗੱਲਾਂ ਕਰਨ ਲੱਗ ਪੈਂਦੇ। ਕਈ ਵਾਰ ਆਰਡਰ ਉਸੇ ਰੈਸਟੋਰੈਂਟ ਤੋਂ ਹੁੰਦਾ ਸੀ ਜਿੱਥੇ ਨਿਕੇਸ਼ਾ ਕੰਮ ਕਰਦੀ ਸੀ। ਇਸ ਦੇ ਲਈ ਉਸਦਾ ਜੋ ਪਾਰਟਨਰ ਹੈ ਉਹ ਉੱਥੇ ਵੀ ਮਿਲਦੇ ਨੇ। ਕੁਝ ਹੀ ਸਮੇਂ 'ਚ ਦੋਵੇਂ ਇੱਕ ਦੂਸਰੇ ਦੇ ਨਾਲ ਪਿਆਰ ਕਰਨ ਲੱਗ ਜਾਂਦੇ ਨੇ। ਦੋਵੇਂ ਇੱਕ ਦੂਜੇ ਨੂੰ ਬੇਹੱਦ ਪਸੰਦ ਕਰਦੇ ਨੇ ਅਤੇ ਲੜਕੀ ਉਸ ਲੜਕੇ ਨੂੰ, ਉਸ 60 ਸਾਲਾ ਬੰਦੇ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਜਾਂਦੀ ਹੈ। ਉਹਨਾਂ ਦਾ ਪਿਆਰ 2022 ਤੋਂ ਸ਼ੁਰੂ ਹੋਇਆ, ਯਾਨੀ ਕਿ ਜਦੋਂ ਨਿਕੇਸ਼ਾ 16 ਸਾਲ ਦੀ ਸੀ ਅਤੇ ਉਸਦਾ ਪਾਰਟਨਰ 58 ਸਾਲ ਦਾ ਸੀ। ਡਿਲੀਵਰੀ ਬੋਆਏ ਹੋਣ ਦੇ ਨਾਲ ਉਸਦਾ ਪਾਰਟਨਰ ਇੱਕ ਨਿੱਜੀ ਟ੍ਰੇਨਰ ਵੀ ਹੈ। ਨਿਕੇਸ਼ਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਲੋਕ ਇਹ ਸਮਝਣ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਉਸਦਾ ਮੰਨਣਾ ਹੈ ਕਿ ਬਜ਼ੁਰਗ ਲੋਕ ਜ਼ਿਆਦਾ ਅਨੁਭਵੀ ਹੁੰਦੇ ਨੇ। ਨਿਕੇਸ਼ਾ ਨੇ ਦੱਸਿਆ ਕਿ ਇੱਕ ਵਾਰ ਉਹ ਬਿਮਾਰ ਸੀ ਅਤੇ ਅਚਾਨਕ ਉਸਨੇ ਰੈਸਟੋਰੈਂਟ ਦੇ ਕੋਲ ਡਿਮਿਤ੍ਰੀਓਸ ਨੂੰ ਦੇਖਿਆ। ਉਸਨੇ ਨਿਕੇਸ਼ਾ ਨੂੰ ਪੁੱਛਿਆ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ, ਫਿਰ ਉਸਨੂੰ ਖਾਸ ਕਿਸਮ ਦੀ ਚਾਹ ਪੀਣ ਦੇ ਲਈ ਕਿਹਾ, ਜਿਸ ਨਾਲ ਉਸਦੀ ਸਿਹਤ ਠੀਕ ਹੋ ਜਾਂਦੀ ਹੈ। ਨਿਕੇਸ਼ਾ ਘਰ ਪਹੁੰਚੀ ਪਰ ਉਹ ਚਾਹ ਬਣਾਉਣਾ ਭੁੱਲ ਗਈ ਸੀ, ਇਸ ਲਈ ਉਸਨੇ ਵਿਅਕਤੀ ਨੂੰ ਮੈਸੇਜ ਕੀਤਾ ਅਤੇ ਉਸਨੇ ਸਭ ਕੁਝ ਦੱਸਿਆ, ਜਿਸ ਤੋਂ ਬਾਅਦ ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੱਜ ਕੱਲ੍ਹ ਦੋਵੇਂ ਬਹੁਤ ਮਜ਼ਬੂਤੀ ਦੇ ਨਾਲ ਇਕੱਠੇ ਰਹਿ ਰਹੇ ਨੇ। ਸੋ ਜਿੱਦਾਂ ਹੀ ਸੋਸ਼ਲ ਪਲੇਟਫਾਰਮ 'ਤੇ ਇਹਨਾਂ ਦੀ
ਲਵ ਸਟੋਰੀ ਬਾਰੇ ਸਾਰਾ ਕੁਝ ਸਾਹਮਣੇ ਆਉਂਦਾ, ਸਭ ਕੁਝ ਨਿਕੇਸ਼ਾ ਦੇ ਵੱਲੋਂ ਦੱਸਿਆ ਜਾਂਦਾ ਤਾਂ ਹਰ ਕੋਈ ਟ੍ਰੋਲ ਕਰ ਰਿਹਾ ਕਿਉਂਕਿ 42 ਸਾਲ ਦਾ ਏਜ ਗੈਪ ਬਹੁਤ ਵੱਡਾ ਏਜ ਗੈਪ ਹੁੰਦਾ। ਪਰ ਨਿਕੇਸ਼ਾ ਦਾ ਕਹਿਣਾ ਕਿ ਪਿਆਰ ਜੋ ਹੈ ਉਸਦੇ ਵਿੱਚ ਉਮਰ ਰੰਗ ਰੂਪ ਨਹੀਂ ਦੇਖਿਆ ਜਾਂਦਾ ਅਤੇ ਉਹ ਲੋਕਾਂ ਨੂੰ ਇਹੀ ਕਹਿ ਰਹੀ ਹੈ ਕਿ ਮੈਂ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਅਜਿਹੀਆਂ ਚੀਜ਼ਾਂ ਉਸਦੇ ਵਿੱਚ ਨਾ ਦੇਖੋ। ਤਾਂ ਨਾਲ ਦੀ ਨਾਲ ਲੋਕ ਇਹ ਵੀ ਕਹਿ ਰਹੇ ਨੇ ਲੜਕੀ ਜੋ ਹੈ ਉਸਦਾ ਦਿਮਾਗ ਖਰਾਬ ਹੋ ਚੁੱਕਾ, ਉਹ ਪਾਗਲ ਹੋ ਚੁੱਕੀ ਹੈ। ਪਰ ਖੈਰ, ਇਹ ਦੋਵੇਂ ਜੋ ਕਪਲ ਹੈ ਦੋਵੇਂ ਬੇਹੱਦ ਖੁਸ਼ੀ ਦੇ ਨਾਲ ਹੁਣ ਆਪਣੀ ਜ਼ਿੰਦਗੀ ਜੀ ਰਹੇ ਨੇ।